ਪਤਾ ਨਹੀਂ ਕੀ ਸੋਚਦੇ ਹੋ ਤੁਸੀਂ, ਦੁਨੀਆਂ ਬਿਲਕੁਲ ਪਸ਼ੂ ਵੀ ਇੰਨੀ ਗੱਲ ਤਾਂ ਜਾਣਦਾ ਮੇਰੇ ਨਾਲ ਪ੍ਰੇਮ ਕੌਣ ਕਰਦਾ ਕੌਣ ਨਹੀਂ ਕਰਦਾ, ਪਸ਼ੂ ਵੀ ਸਮਝਦੇ ਨਾ ਗੱਲਾਂ ਨੂੰ। ਤਾਂ ਜੇ ਤੁਸੀਂ ਇਹ ਗੱਲ ਮੰਨਦੇ ਹੋ ਵੀ ਇਹ ਲੋਕ ਸਮਝਦੇ ਨਹੀਂ, ਪਰ ਤੁਸੀਂ ਪਸ਼ੂਆਂ ਨੂੰ ਥੱਲੇ ਹੋ, ਆਪ ਤੁਹਾਡੀ ਉਹ ਬੁੱਧੀ ਪਸ਼ੂਆਂ ਨੂੰ ਥੱਲੇ ਆ, ਗਲਤੀ ਤੁਹਾਡੇ ਦਿਮਾਗ 'ਚ, ਤੁਸੀਂ ਆਪਣੇ ਕਿਤੇ ਡਾਕਟਰ ਨੂੰ ਦਿਖਾਓ, ਡਾਕਟਰ ਨੂੰ ਦਿਖਾਉਣ ਵਾਲੀ ਉਹ ਗੱਲ ਹੈ। ਸਗੋਂ ਖਿੰਡ ਗਏ ਸਾਰੇ ਹੀ, ਖੇਰੂ ਖੇਰੂ ਹੋ ਗਏ, ਦੁਬਾਰਾ ਇਕੱਠੇ ਹੋ ਕੇ ਦਿਖਾ ਦੇਣ। ਬੇਈਮਾਨ ਜਦ ਬਿਖਰ ਜਾਣ ਨਾ ਕਦੇ ਇਕੱਠੇ ਨਹੀਂ ਹੁੰਦੇ ਹੁੰਦੇ। ਰਿਆਸਤਾਂ ਬਣ ਗਈਆਂ ਇਕੱਠੇ ਹੋ ਕੇ ਦਿਖਾਉਣ। ਬਹੁਤ ਵੱਡਾ ਰਾਜ ਸੀ ਅਰਬ ਦਾ ਪਹਿਲਾਂ, ਲੜ ਲੜ ਕੇ ਛੋਟੇ ਛੋਟੇ ਬਣਾ ਕੇ ਉਹ ਬਣ ਗਏ, ਹੁਣ ਇਕੱਠੇ ਹੋ ਕੇ ਦਿਖਾਉਣ। ਜੋੜਨ ਨੂੰ ਚਿਰ ਬਹੁਤ ਲੰਘਦਾ, ਗੜਾਉਂਦਿਆਂ ਛੇ ਮਹਾਂ, ਤੋੜਾਉਂਦਿਆਂ ਇੱਕ ਖਣਾ, ਉਹ ਤੋੜਨ ਨੂੰ ਅੱਡ ਹੋਣ ਨੂੰ ਤਾਂ ਇੱਕ ਸਕਿੰਟ ਲੱਗਦਾ, ਫਿੱਕਾ ਬੋਲਤਾ ਚੱਲ ਟੁੱਟ ਗਈ। ਜੋੜਨ ਨੂੰ ਕਿੰਨਾ ਚਿਰ ਲੱਗਦਾ, ਵਿਸ਼ਵਾਸ ਬਣਾਉਣ ਨੂੰ ਕਿੰਨਾ ਚਿਰ ਲੱਗਦਾ ਹੈ, ਵਿਸ਼ਵਾਸ ਬਣਾਏ ਬਿਨਾਂ ਜੁੜਦੀ ਨਹੀਂ, ਟੁੱਟਦਾ ਖਿੰਡ ਜਾਂਦੀ ਹੈ। ਬਿਖਰੇ ਪਏ ਹੋ ਤੁਸੀਂ, ਸੁਪਨੇ ਲੈਂਦੇ ਹੋ ਪੰਥਕ ਏਕਤਾ ਦੇ, ਲੈ ਲਓ ਅਸੀਂ ਤਾਂ ਕਹਿੰਦੇ ਚੰਗਾ ਹੈ ਜੇ ਹੋ ਜੋ ਇਕੱਠੇ ਹੋ ਤਾਂ ਸਹੀ, ਅਸੀਂ ਤਾਂ ਫਾਰਮੂਲਾ ਦੱਸਿਆ ਇਕੱਠੇ ਹੋਣ ਦਾ, ਕੋਈ ਇਹ ਥੋੜ੍ਹੀ ਆ ਵੀ ਸਾਨੂੰ ਕੋਈ ਦੁੱਖ ਹੈ ਇਕੱਠੇ ਹੋਣ 'ਚ, ਨਹੀਂ ਇਕੱਠੇ ਹੋ ਸਕਦੇ ਜਿਹੜਾ ਤੁਸੀਂ ਫਾਰਮੂਲਾ ਸੋਚਿਆ, ਆਹ ਹੈ ਸਾਡਾ ਮਤਲਬ ਕਹਿਣ ਦਾ। ਜਿਹੜੇ ਰਾਹ ਤੁਸੀਂ ਪਏ ਹੋ ਇਕੱਠੇ ਨਹੀਂ ਹੋ ਸਕਦੇ, ਜਿੰਨੀ ਡਿਲੇ ਕਰੋਗੇ ਓਨਾ ਹੀ ਨੁਕਸਾਨ ਹੋਊ ਤੁਹਾਡਾ, ਬਾਕੀ ਸਾਡਾ ਸਿੱਖੀ ਨੂੰ ਕੋਈ ਖਤਰਾ ਨਹੀਂ, ਸਿੱਖੀ ਨੂੰ ਨਹੀਂ ਖਤਰਾ ਕੋਈ, ਖਤਰਾ ਤੁਹਾਨੂੰ ਹੋਊਗਾ, ਨਾ ਗੁਰੂ ਦੇ ਸਿੱਖ ਨੂੰ ਖਤਰਾ, ਨਾ ਸਿੱਖੀ ਨੂੰ ਖਤਰਾ, ਖਤਰਾ ਤੁਸੀਂ ਆਪ ਬਣਦੇ ਹੋ ਖਤਰਾ ਪਹਿਲਾਂ ਕਿਸੇ ਵਾਸਤੇ, ਜਿਹਦੇ ਵਾਸਤੇ ਤੁਸੀਂ ਖਤਰਾ ਬਣਦੇ ਹੋ, ਤੁਹਾਡੇ ਨਾਰੇ ਖਤਰਾ ਬਣਦੇ ਨੇ, ਉਹਦੇ ਨਾਲ ਲੜਾਈ ਉਹ ਤੁਹਾਨੂੰ ਦੁਸ਼ਮਣ ਸਮਝਦਾ, ਸਾਨੂੰ ਤਾਂ ਕੋਈ ਸਮਝਦਾ ਨਹੀਂ ਦੁਸ਼ਮਣ। ਮੁਸਲਮਾਨ ਭਰੋਸਾ ਕਰਦੇ ਸੀ ਪਹਿਲਾਂ ਖਾਲਿਸਤਾਨ 'ਤੇ, ਇਹਨਾਂ 'ਤੇ ਹੁਣ ਕਰਦੇ ਨੇ, ਪੁੱਛ ਕੇ ਦੇਖੋ ਕਿਉਂ, ਦੇਖ ਲਏ ਤੁਸੀਂ, ਤੁਹਾਡਾ ਕੋਈ ਭਰੋਸਾ ਨਹੀਂ, ਕੋਈ ਇਤਬਾਰ ਨਹੀਂ, ਤੁਹਾਡਾ ਉੱਲੂ ਸਿੱਧਾ ਜਿੱਥੋਂ ਆਉਂਦਾ ਜਦੋਂ ਤੁਸੀਂ ਬਦਲ ਜਾਣਾ ਬਸ। ਸਿੱਖ ਗੁਰੂ ਤਾਂ ਇਹੋ ਜਿਹਾ ਨਹੀਂ ਸੀ, ਸਿੱਖੀ ਨਹੀਂ ਛੱਡੀ ਬੰਦ ਬੰਦ ਕਟਾ ਲਏ ਉਹਨਾਂ ਨੇ, ਤੁਸੀਂ ਸਿੱਖੀ ਫੜੀ ਹੋਈ ਨਹੀਂ, ਛੱਡਦੇ ਤਾਂ ਜੇ ਫੜੀ ਹੁੰਦੀ, ਇਸ ਕਰਕੇ ਤੁਸੀਂ ਸਿੱਖੀ ਫੜੀ ਨਹੀਂ, ਜੇ ਫੜੀ ਛੱਡਣੀ ਔਖੀ ਹੈ, ਕਿਉਂ ਅਸੀਂ ਸਵਾਰਥ ਪੂਰਤੀ ਕਰਨੀ ਹੈ, ਸਿੱਖੀ ਫਿਰ ਛੱਡਣ ਦਿੰਦੀ ਨਹੀਂ, ਸਵਾਰਥ ਪੂਰਤੀ ਹੋਣੀ ਨਹੀਂ, ਜਾਂ ਤਾਂ ਸਵਾਰਥ ਛੱਡ ਦੇਣ ਸਿੱਖੀ ਲੈਣ, ਜਾਂ ਫਿਰ ਸਵਾਰਥ ਦਾ ਰੱਖਣ ਸਿੱਖੀ ਛੱਡ ਦੇਣ, ਦੋ ਇਕੱਠੇ ਨਹੀਂ ਰਹਿੰਦੇ ਹੁੰਦੇ, ਕਿਉਂ ਗੁਰੂ ਨੂੰ ਨਹੀਂ ਭਰੋਸਾ ਸਵਾਰਥੀ 'ਤੇ ਹੈ, ਕਹਿੰਦਾ ਲੋਭੀ ਕਾ ਵਿਸਾ ਨਾ ਕੀਜੇ, ਉਹਦਾ ਸਾਨੂੰ ਕਹਿੰਦਾ ਵੀ ਇਹਨਾਂ ਦਾ ਭਰੋਸਾ ਨਾ ਕਰਿਓ ਲੋਭੀਆਂ ਦਾ, ਉਹ ਕਦੋਂ ਭਰੋਸਾ ਕਰ ਲੂ ਤੁਹਾਡਾ, ਜਾਂ ਤਾਂ ਇਹਨਾਂ ਨੇ ਭਾਈ ਇਹ ਪੰਕਤੀ ਪੜ੍ਹੀ ਨਹੀਂ, ਜਾਂ ਇਹਦੀ ਪਰਵਾਹ ਨਹੀਂ ਕਰਦੇ, ਜਾਂ ਇਹ ਗੁਰਬਾਣੀ ਨੂੰ ਸੱਚ ਨਹੀਂ ਮੰਨਦੇ, ਬਈ ਗੁਰਬਾਣੀ ਤਾਂ ਐਵੇਂ ਹੀ ਹੈ, ਇਹਦਾ ਕੀ ਹੈ, ਇਹਨਾਂ ਦਾ ਯਕੀਨ ਨਹੀਂ ਹੈ ਗੁਰਬਾਣੀ 'ਤੇ। ਜੇ ਯਕੀਨ ਹੋਵੇ ਤਾਂ ਭੈ ਹੋਵੇ, ਇਕੱਲੇ ਮੰਨਣ ਨਾਲ ਨਹੀਂ, ਗੁਰਬਾਣੀ ਮੰਨ ਤਾਂ ਤੁਸੀਂ ਲਈ ਵੀ ਗੱਲ ਠੀਕ ਹੈ, ਹਾਂ ਵੀ ਗੱਲ ਤਾਂ ਠੀਕ ਹੈ, ਪਰ ਮੰਨ ਕੀਤਾ ਭਾਉ ਉਹ ਅੱਗੇ ਹੈ, ਇੱਧਰ ਇਹ ਮੰਨਣ ਤੱਕ ਖੜ੍ਹੇ ਨੇ, ਮੱਥਾ ਟੇਕਦਾ ਮੰਨ ਲਈ, ਗੁਰਬਾਣੀ ਨੂੰ ਮੰਨਦਾ, ਭਾਉ ਕੌਣ ਕਰੂ, ਉਹ ਕੌਣ ਹੈ, ਉਹਦੇ ਮੰਨੇ ਹੈ ਸੁਣੀਏ ਮੰਨੀਏ, ਮੰਨ ਕੀਤਾ ਭਾਉ ਤਾਂ ਗੁਰਸਿੱਖ ਹੈ,
ਸੁਣ ਕੇ ਮੰਨਣ ਤੱਕ ਸਿੱਖ ਹੈ। ਗੱਲ ਤਾਂ ਠੀਕ ਹੈ ਪਰ ਚੱਲ ਨਹੀਂ ਹੁੰਦਾ। ਸਲਾਮ ਜਵਾਬ ਦੋਏ ਕਰਤੇ, ਸਲਾਮ ਵੀ ਕਰਤਾ, ਗੱਲ ਠੀਕ ਹੈ, ਸੱਚ ਕਹਿ ਲਿਆ, ਪਰ ਹੱਥ ਜੋੜ ਤੇ ਪੱਥਰ ਭਾਰੀ ਹੈ, ਮੇਤੇ ਨਹੀਂ ਚੱਕ ਹੁੰਦਾ, ਤਾਂ ਦੱਸ ਕੀ ਕਰੇਗਾ। ਵਿਰੋਧ ਵੀ ਨਹੀਂ ਕਰਦਾ, ਚੱਲ ਵੀ ਨਹੀਂ ਹੁੰਦਾ। ਇਹ ਉਹ ਸਿੱਖ ਨੇ ਜਿਹੜੇ ਵਧੀਆ ਸਿੱਖ ਨੇ, ਉਹ ਇੱਥੇ ਤੱਕ ਨੇ ਜਿਹੜੇ ਇਹਨਾਂ ਨੇ ਲਿਖੇ ਨੇ ਰਹਿਤਨਾਮੇ 'ਚ, ਜਿਹੜਾ ਗੁਰਬਾਣੀ ਨੂੰ ਮੰਨਦਾ ਹੈ। ਮੰਨ ਕੀਤਾ ਭੋਗ ਨਹੀਂ ਹੈ ਉੱਥੇ, ਉਹ ਕਹਿੰਦੇ ਛੱਡਿਆ ਰਹਿਤ ਵਿੱਚੋਂ। ਜਾਂ ਗੁਰੂ ਨੇ ਬਾਣੀ 'ਚ ਮੰਨ ਕੀਤਾ ਭੋਗ 'ਤੇ ਆ ਕੇ ਗੱਲ ਖਤਮ ਕੀਤੀ ਹੈ, ਤੁਸੀਂ ਕਿਉਂ ਛੱਡਿਆ ਰਹਿਤ ਮਰਿਆਦਾ 'ਚੋਂ? ਤੁਸੀਂ ਸੁਣਿਆ ਮੰਨਿਆ ਤਾਂ ਕਿਉਂ ਕੀਤਾ? ਜਿਹੜਾ ਮੰਨਦਾ, ਜਿਹੜਾ ਭੋਗ ਨਹੀਂ ਕਰਦਾ ਮੰਨਦਾ, ਅਸੀਂ ਕਹਿੰਦੇ ਉਹ ਨਹੀਂ ਸਿੱਖ, ਗੁਰਸਿੱਖ। ਜਿਹੜਾ ਕਰਦਾ ਉਹ ਗੁਰਸਿੱਖ ਹੈ, ਨਹੀਂ ਕਰਦਾ ਉਹ ਗੁਰਸਿੱਖ ਨਹੀਂ ਹੈ। ਜੇ ਭਾਉ ਹੁੰਦਾ ਮੰਨ ਕੇ ਤਾਂ ਗੁਰੂ ਅਮਰਦਾਸ ਦੇ ਲੱਤ ਨਹੀਂ ਸੀ ਮਾਰਦੇ। ਜੇ ਡਰ ਹੁੰਦਾ, ਡਰ ਐ ਨਹੀਂ ਲੱਤ ਮਾਰਤੀ ਜਾ ਕੇ, ਡਰ ਹੁੰਦਾ ਲੱਤ ਨਹੀਂ ਮਾਰਦੇ। ਇਹਦੀ ਸਜ਼ਾ ਬਹੁਤ ਕੈੜੀ ਮਿਲੂ ਉਹਨਾਂ, ਅਸੀਂ ਵੀ ਲੈ ਇਹ ਤਾਂ ਗੱਲਾਂ ਨੇ, ਵੀ ਆਦਮੀ ਅਸੀਂ ਵੀ ਆਦਮੀ, ਉਹਨਾਂ ਨੂੰ ਆਦਮੀ ਆਦਮੀ ਵੀ ਉਹ ਜਿਹੜਾ ਸਾਡੇ ਘਰ ਦੇ ਟੁਕੜੇ ਖਾਂਦਾ ਸੀ, ਸਾਡੇ ਪਿਓ ਦੀ ਗਾਂ ਕਢਾਉਂਦਾ ਸੀ, ਸੇਵਾ ਕਰਦਾ ਸੀ, ਇੰਨੀ ਇੱਜ਼ਤ ਸੀ ਉਹਨਾਂ ਦੀ। ਉਹਨਾਂ ਨੇ ਅੰਦਰ ਅੰਦਰ ਕੀ ਸੀ ਉਹਨਾਂ ਦੇ, ਨਾ ਆਪਣੇ ਪਿਓ ਦੀ ਗੱਲ ਮੰਨੀ, ਸੁਣੀ ਸੀ, ਮੰਨੀ ਵੀ ਸੀ, ਪਰ ਮੰਨ ਕੇ ਪਾਉ ਨਹੀਂ ਸੀ ਕੀਤਾ।